ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਔਫ ਪਾਕਿਸਤਾਨ ਪੰਜਾਬ ਪੇਜ। ਇਹ ਹੈ ਮੇਰਾ ਪਾਕਿਸਤਾਨ ਔਰ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਗੱਲ ਸਿੱਖ ਹੈਰੀਟੇਜ ਦੇ ਮੁਤਲਕ ਮੈਂ ਕਰਾਂਗਾ ਕਿ ਇਹ ਜਿਹੜਾ ਹੈ ਸਿੰਧੂ ਹਾਊਸ ਹੈ, ਇਹ ਸਿੰਧੂ ਜੱਟਾਂ ਦਾ ਘਰ ਹੈ। ਮਿਨਹਾਲਾ ਕਸਬਾ ਸੀ ਔਰ ਇਹ ਖੂਬਸੂਰਤ ਵੈੱਲ ਮੇਨਟੇਨ ਜਿਹੜੀ ਇਸ ਵੇਲੇ ਹਵੇਲੀ ਨਜ਼ਰ ਆ ਰਹੀ ਹੈ, ਇਹ ਇੱਥੇ ਦੇ ਜਿਹੜੇ ਸਿੰਧੂ ਜ਼ੈਲਦਾਰ ਸਨ ਉਹਨਾਂ ਦਾ ਇਹ ਘਰ ਹੈ, ਜਿਹੜਾ ਦੇਖੋ ਅੱਜ ਵੀ ਹੈ। ਖੂਬਸੂਰਤ ਤਰੀਕੇ ਨਾਲ ਜਿਹੜਾ ਉਹਨਾਂ ਨੇ ਸਜਾ ਰੱਖਿਆ। ਔਰ ਇੱਥੇ ਜਿਹੜੀ ਫੈਮਲੀ ਰਹਿੰਦੀ ਸੀ, ਸੁਣਿਆ ਉਹ ਬਹੁਤ ਵੈੱਲ ਐਜੂਕੇਟਿਡ ਸੀ। ਔਰ ਇੱਥੇ ਲਾਗੇ ਹੀ ਇੱਕ ਪਡਾਨਾ ਛੋਟਾ ਜਿਹਾ ਸ਼ਹਿਰ ਹੈ, ਪਡਾਨਾ ਸ਼ਹਿਰ ਦੇ ਅੰਦਰ ਜਿਹੜਾ ਸੀ ਉਹ ਇਹਨਾਂ ਦੀ ਕੋਰਟ ਸੀ, ਕਿਉਂਕਿ ਜ਼ੈਲਦਾਰ ਸਨ, ਮੈਜਿਸਟਰੇਟ ਆਫ ਦਰਜਾ ਅਵਲ ਸਨ, ਇਸ ਲਈ ਇਹ ਉੱਥੇ ਆਪਣੀ ਅਦਾਲਤ ਲਾਉਂਦੇ ਸਨ। ਔਰ ਅੱਜ ਕੱਲ੍ਹ ਇਹ ਜਿਹੜੀ ਸੰਧੂ ਫੈਮਲੀ ਹੈ USA ਵਿੱਚ ਸੈਟਲ ਹੈ। ਔਰ ਇਹਨਾਂ ਦੇ ਤਿੰਨ ਭਰਾ ਸਨ, ਇੱਕ ਭਰਾ ਸੀ ਤੇਜਾ ਸਿੰਘ ਸੰਧੂ ਔਰ ਇੱਕ ਭਾਈ ਦਾ ਨਾਮ ਜਿਹੜਾ ਸੀ, ਆਈ ਥਿੰਕ ਮੈਨੂੰ ਤਿੰਨਾਂ ਭਾਈਆਂ ਦਾ ਨਾਮ ਤਾਂ ਨਹੀਂ ਪੂਰਾ ਪਤਾ, ਲੇਕਿਨ ਜਿਹੜਾ ਇੱਕ ਭਾਈ ਦਾ ਨਾਮ ਸਿਰਫ ਮੈਨੂੰ ਪਤਾ ਚੱਲਿਆ। ਔਰ ਉਹ ਜੱਟ ਜ਼ਮੀਂਦਾਰ ਆਦਮੀ ਸੀ ਔਰ ਇਹ ਜਿਨ੍ਹਾਂ ਦਾ ਘਰ ਹੈ ਇਹ ਬਾਦੋਂ ਆਫਟਰ ਪਾਰਟੀਸ਼ਨ ਜਿਹੜਾ ਸੀ ਉਹ ਵੀ ਬੜੀ ਐਜੂਕੇਟਿਡ ਫੈਮਿਲੀ ਨੂੰ ਜਿਹੜਾ ਉਹ ਅਲੋਟ ਹੋਇਆ। ਅਤੇ ਇਹ ਘਰ ਹੈ ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਇਹਨਾਂ ਦਾ ਮਹਿਮਾਨਖਾਨਾ ਵੀ ਸੀ ਇਹਦੇ ਵਿੱਚ ਔਰ ਇੱਥੇ ਗੁਰੂ ਘਰ ਵੀ ਸੀ ਇਹ ਨਾਲ ਹੀ। ਔਰ ਇਹ ਕੋਈ ਬਿਲਡਿੰਗ ਜਿਹੜੀ ਹੈ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਹਵੇਲੀ ਜਿਹੜੀ ਸੀ ਸੰਧੂ ਹਾਊਸ ਹੈ ਔਰ ਬੜਾ ਵੈੱਲ ਮੇਨਟੇਨ। ਦੋ ਇਹ ਪਾਰਟ ਨੇ, ਇੱਕ ਜ਼ਰਾ ਥੋੜ੍ਹਾ ਇਗਨੋਰਡ ਹੈ ਔਰ ਇੱਕ ਜਿਹੜਾ ਉਹ ਬਹੁਤ ਅੱਛੀ ਹਾਲਤ ਦੇ ਵਿੱਚ ਹੈ। ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸਦਾ ਚੱਲਾਂ ਕਿ ਇੱਥੋਂ ਜਿਹੜਾ ਉਹ ਮੈਂ ਤੁਹਾਨੂੰ ਗੁਰਦੁਆਰਾ ਸ਼੍ਰੀ ਛੇਵੀਂ ਪਾਤਸ਼ਾਹੀ ਮੈਂ ਦਿਖਾ ਕੇ ਆਇਆ ਵਾਂ। ਇਸ ਕਾਰ ਦੇ ਥੱਲੋਂ ਇੱਕ ਅੰਡਰਗਰਾਊਂਡ ਚੈਂਬਰ ਜਾਂਦਾ ਹੈ ਜਿਹੜਾ ਕਿ ਜਾ ਕੇ ਸੰਧੂ ਉੱਥੇ ਖੁੱਲ੍ਹਦਾ ਹੈ। ਉਹਦੇ ਵਿੱਚ ਗੁਰਦੁਆਰਾ ਸ਼੍ਰੀ ਛੇਵੀਂ ਪਾਤਸ਼ਾਹੀ ਦੇ ਵਿੱਚ ਬਾਵਜਾ ਬਰਸਾਤ ਦੇ ਔਰ ਪਾਣੀ ਥੱਲੋਂ ਭਰ ਜਾਂਦੇ ਪਰੋਂ ਜਿਹੜਾ ਇਹਨੂੰ ਬੰਦ ਕਰ ਦਿੱਤਾ ਗਿਆ ਥੱਲੋਂ। ਇਹਦੇ ਅੰਡਰਗਰਾਊਂਡ ਚੈਂਬਰ ਜਿਹੜੇ ਨੇ ਉਹਦੇ 'ਚ 7 ਕਮਰੇ ਨੇ, ਥੱਲੇ ਉੱਤੇਲੇ ਪਾਸੇ ਉਹ 'ਤੇ 5 ਕਮਰੇ ਨੇ, ਉੱਤੇ ਫਿਰ ਚਲੋ ਤਾਂ ਫਿਰ 5 ਅਸਾਂ ਕੁੱਲ ਮਿਲਾ ਕੇ ਪੂਰੀ ਹਵੇਲੀ ਦੇ 15 ਰੂਮਸ ਨੇ। ਔਰ ਇਹ ਦੇਖੋ ਸਿੱਖ ਪੀਰੀਅਡ ਦਾ ਬਣਿਆ ਹੋਇਆ ਖੂਬਸੂਰਤ ਸ਼ਾਹਕਾਰ ਹੈ, ਸੰਧੂ ਜੱਟਾਂ ਦਾ ਘਰ ਹੈ। ਅੱਜ ਕੱਲ੍ਹ ਸੁਣਿਆ ਕਿ ਫੈਮਿਲੀ ਸਾਰੀ ਜਿਹੜੀ ਹੈ USA ਦੇ ਵਿੱਚ ਜਿਹੜੀ ਹੈ ਵੈੱਲ ਸਟੇਬਲ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਤਿੰਨਾਂ ਭਰਾਵਾਂ ਦੀਆਂ ਤਿੰਨ ਹਵੇਲੀਆਂ ਮਿਨਹਾਲੇ ਦੇ 'ਚ ਹੀ ਮੌਜੂਦ ਨੇ। ਇੱਕ ਹਵੇਲੀ ਮੈਂ ਤੁਹਾਨੂੰ ਦਿਖਾਈ ਹੈ, ਦੋ ਹਵੇਲੀਆਂ ਮਜ਼ੀਦ ਨੇ। ਅਗਰ ਟਾਈਮ ਮਿਲਿਆ ਤਾਂ ਫਿਰ ਮੈਂ ਦੋ ਹਵੇਲੀਆਂ ਵੀ ਦਿਖਾਵਾਂਗਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ। ਇਹ ਹੈ ਮੇਰਾ ਪਾਕਿਸਤਾਨ। ਉਤਲੇ ਫਲੋਰ ਦੇ ਵਿੱਚ ਫੈਮਿਲੀ ਰਹਿੰਦੀ ਹੈ, ਇਸ ਵਾਸਤੇ ਮੈਂ ਉਸ ਨੂੰ ਕਵਰ ਨਹੀਂ ਕਰ ਸਕਦਾ। ਮਿਨਹਾਲਾ ਈਸਟ ਲਾਹੌਰ ਵੈਸਟ ਪੰਜਾਬ ਪਾਕਿਸਤਾਨ।